मैं के नहीं जिसका पोत आ जाए, जिन कुछ नहीं कहते मेरा पोत घर वापस आ जाए, कुछ नहीं कहते तेन बापा पोत, तू डरना जिथे भी हैगा वापस आ जा। कोई लड़ाई झगड़ा नहीं, फिर स्कूल ही गया बस, मुड़ के नहीं आया वापस। ਤੁਹਾਡੇ ਨਾਲ ਗੱਲ ਕੀਤੀ ਹੋਈ ਮਮਾ ਸਕੂਲ ਚ ਗੱਲ ਹੋਈ ਹੈ? ਮੇਰੇ ਨਾਲ ਕੋਈ ਗੱਲਬਾਤ ਨਹੀਂ, ਸਵੇਰੇ ਵੀ ਹੱਸਦਾ ਖੇਡਦਾ ਗਿਆ, ਕੋਈ ਗੱਲਬਾਤ ਨਹੀਂ ਮੇਰੇ ਨਾਲ ਕੀਤੀ। ਉਹਦੇ ਪਿਤਾ ਦਾ ਨਾਮ ਮੋਹਨ ਲਾਲ ਆ, ਉਹਦੇ ਨਾਲੇ ਦੋਨਾਂ ਨੇ ਇਕੱਠੇ ਇੱਕ ਤੀਜੇ ਦੋਸਤ ਦੇ ਸ਼ੁਭਮ ਦੇ ਘਰ ਗਏ ਆ, ਉੱਥੇ ਇਹਨਾਂ ਨੇ ਆਪਣੇ ਕੱਪੜੇ ਚੇਂਜ ਕੀਤੇ ਆ। ਕੱਪੜੇ ਚੇਂਜ ਕਰਨ ਤੋਂ ਬਾਅਦ ਇਹ ਆਪਣੇ, ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਚੱਲ ਗਿਆ ਕਿੱਥੇ ਨਹੀਂ, ਤੇ ਕੱਲ ਦੇ ਇਹਨਾਂ ਨੂੰ ਕੋਈ ਪਤਾ ਨਹੀਂ ਕਰਦਾ, ਰੋ ਰੋ ਕੇ ਬੁਰਾ ਹਾਲ ਆ। ਇੱਕ ਮੁੰਡਾ ਹੋਰ ਆ ਜੀ ਨਾਲ, ਦੋ ਜਣੇ ਗਏ ਸੀ, ਤੇ ਦੂਜੇ ਦਾ ਨਾਂ ਧਰੁਵ। ਬਲਵਿੰਦਰ ਕੌਰ। ਜਸਕਰਨ ਕੀ ਲੱਗਦਾ ਤੁਹਾਡਾ? ਬੇਟਾ ਮੇਰਾ। ਠੀਕ ਹੈ ਜੀ, ਘਰ ਵਿੱਚ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਦੇ? ਕੋਈ ਲੜਾਈ ਝਗੜਾ ਨਹੀਂ, ਸਵੇਰੇ ਸਕੂਲ ਹੀ ਗਿਆ ਬਸ, ਮੁੜ ਕੇ ਨਹੀਂ ਆਇਆ ਵਾਪਸ। ਤੁਹਾਡੇ ਨਾਲ ਗੱਲ ਕੀਤੀ ਹੋਈ ਮਮਾ ਸਕੂਲ ਚ ਗੱਲ ਹੋਈ ਹੈ? ਮੇਰੇ ਨਾਲ ਕੋਈ ਗੱਲਬਾਤ ਨਹੀਂ, ਸਵੇਰੇ ਵੀ ਹੱਸਦਾ ਖੇਡਦਾ ਗਿਆ, ਕੋਈ ਗੱਲਬਾਤ ਨਹੀਂ ਮੇਰੇ ਨਾਲ ਕੀਤੀ, ਕੁਛ ਨਹੀਂ ਗੱਲਬਾਤ ਕੀਤੀ। ਜਿਹੜਾ ਦੂਸਰਾ ਮੁੰਡਾ ਇੱਕ ਧਰੁਵ ਗਿਆ, ਉਹ ਵੀ ਦੋਸਤ ਹੈ ਇਹਦਾ? ਹਾਂਜੀ, ਕਲਾਸਮੇਟ ਹੀ ਆ। ਇਹ ਦੋਨੇ ਇੱਕੋ ਕਲਾਸ ਪੜ੍ਹਦੇ? ਹਾਂਜੀ ਹਾਂਜੀ। ਕਿਹੜਾ ਸਕੂਲ ਹੈ ਇਹਨਾਂ ਦਾ? ਸੈਂਟ ਸੋਲਜਰ ਲਕਸ਼ਮੀ ਇਨਕਲੇਵ। ਇੱਕ ਸਵੇਰੇ ਸਕੂਲ ਡਰੈਸ ਵਿੱਚ ਗਿਆ ਸੀ ਘਰੋਂ? ਹਾਂਜੀ, ਸਕੂਲ ਡਰੈਸ ਗਿਆ ਸਵੇਰੇ। ਪਤਾ ਕਿੱਦਾਂ ਲੱਗਿਆ ਜੀ ਤੁਹਾਨੂੰ ਕਿ ਸਕੂਲ ਨਹੀਂ ਪਹੁੰਚਿਆ? ਗੱਲਬਾਤ ਹੋਈ ਜੇ ਫੋਨ ਆਇਆ ਸੀ? ਨਹੀਂ, ਛੁੱਟੀ ਟਾਈਮ ਪਤਾ ਲੱਗਾ, ਬੇਟੇ ਛੋਟੇ ਨੇ ਦੱਸਿਆ ਮੰਮਾ ਅੱਜ ਇਸ ਕਾਰਨ ਸਕੂਲ ਨਹੀਂ ਆਇਆ, ਤਾਂ ਪਤਾ ਲੱਗਾ ਕਿ ਨਹੀਂ ਸਕੂਲ ਪਹੁੰਚਿਆ। ਛੋਟਾ ਬੇਟਾ ਵੀ ਉਸ ਸਕੂਲ ਚ ਪੜ੍ਹਦਾ? ਹਾਂਜੀ, ਛੋਟਾ ਵੀ ਉਸੇ ਚ ਪੜ੍ਹਦਾ ਆ। ਕੀ ਤੁਸੀਂ ਕਹਿਣਾ ਚਾਹੋਗੇ ਜਿਸ ਕਾਰਨ ਕਿਤੇ ਦੇਖ ਰਹੇ ਹੋਗੇ ਤੁਸੀਂ ਪਰਿਵਾਰ ਦਾ ਕਿ ਸੋਸ਼ਲ ਮੀਡੀਆ? ਮੈਂ ਕਿ ਨਹੀਂ ਜਿਸ ਕਾਰਨ ਪੁੱਤ ਆ ਜਾ, ਮੈਨੂੰ ਕੁਛ ਨਹੀਂ ਕਹਿੰਦੇ ਗੱਲ, ਮੇਰਾ ਪੁੱਤ ਘਰ ਵਾਪਸ ਆ ਜਾ, ਕੁਛ ਨਹੀਂ ਕਹਿੰਦੇ ਤੈਨੂੰ ਆਪਾ ਪੁੱਤ, ਤੂੰ ਡਰਨਾ ਜਿੱਥੇ ਵੀ ਹੈਗਾ ਵਾਪਸ ਆ ਜਾ, ਬਸ ਇਹੀ ਆ ਪੁੱਤ। ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਸਰਜੀਤ ਸਿੰਘ ਜੀ। ਕਿਹੜਾ ਮੱਲਾ ਜੀ ਤੁਹਾਡਾ? ਸੰਤੋਖ ਨਗਰ ਜੀ। ਕੀ ਗੱਲਬਾਤ ਹੋਈ ਹੈ ਜੀ? ਸਾਡਾ ਬੇਟਾ ਸਵੇਰੇ 8 ਵਜੇ ਗਿਆ ਜੀ ਇੱਥੋਂ ਸਕੂਲ, ਲਕਸ਼ਮੀ ਇਨਕਲੇਵ ਸੈਂਟ ਸੋਲਜਰ ਸਕੂਲ, ਤੇ ਵਾਪਿਸ ਨਹੀਂ ਆਇਆ ਜੀ। ਹੁਣ ਅੱਜ ਦੂਜਾ ਦਿਨ ਆ, ਅਸੀਂ ਵੇਟ ਕਰ ਰਹੇ ਹਾਂ, ਬਾਕੀ ਅਸੀਂ ਪੁਲਿਸ ਰਿਪੋਰਟ ਦੇਤੀ ਆ। ਕੀ ਨਾਮ ਹੈ ਜੀ ਮੁੰਡੇ ਦਾ? ਜਸਕਰਨ ਸਿੰਘ। ਉਮਰ ਕਿੰਨੀ ਆ? 15 ਸਾਲ। ਤੇ ਇਕੱਲੇ ਹੀ ਗਿਆ ਕਿ ਨਾਲ ਹੋਰ ਵੀ ਕੋਈ ਮੁੰਡਾ? ਇੱਕ ਮੁੰਡਾ ਹੋਰ ਆ ਜੀ ਨਾਲ, ਦੋ ਜਣੇ ਗਏ ਸੀ, ਤੇ ਦੂਜੇ ਦਾ ਨਾਂ ਧਰੁਵ। ਲੱਗਾ ਪਤਾ ਕਾਰਨ ਕੀ ਹੋਇਆ ਹੈ? ਕਿਉਂ ਕਾਰਨ ਦਾ ਅਜੇ ਤੱਕ ਕੁਛ ਨਹੀਂ ਪਤਾ, ਪੁਲਿਸ ਰਿਪੋਰਟ ਦਿੱਤੀ ਆ, ਉਹ ਇਨਵੈਸਟੀਗੇਸ਼ਨ ਕਰੇਗੀ ਕਿਆ ਹੈ ਕਿਆ ਨਹੀਂ। ਤੁਸੀਂ ਲੱਭਿਆ ਕਿਤੇ ਆਲੇ ਦੁਆਲੇ? ਅਸੀਂ ਤਾਂ ਪੂਰਾ ਪੱਟ ਪੱਟ ਫੋਨ ਮਾਰਿਆ ਜੀ, ਅਸੀਂ ਤਾਂ ਪੂਰਾ ਲੱਭ ਰਹੇ ਹਾਂ ਉਹਨੂੰ। ਸਕੂਲ ਗੱਲਬਾਤ ਹੋਈ ਕੋਈ? ਉੱਥੇ ਤਾਂ ਨਹੀਂ ਕੋਈ ਲੜਾਈ ਝਗੜਾ ਕਿਸੇ ਨਾਲ ਹੋਇਆ? ਨਹੀਂ, ਪ੍ਰਿੰਸੀਪਲ ਕੋਈ ਕਰ ਰਿਹਾ, ਉਹ ਵੀ ਆਪਣੀ ਕਾਰਵਾਈ ਕਰ ਰਿਹਾ, ਕੀ ਹੈ ਕੀ ਨਹੀਂ। ਕਦੋਂ ਦਾ ਗਿਆ? ਕੱਲ੍ਹ ਦਾ ਗਿਆ ਜੀ? ਕੱਲ੍ਹ ਦਾ ਗਿਆ। ਹਾਂਜੀ। ਉਮਰ ਕਿੰਨੀ ਹੈ ਮੁੰਡੇ ਦੀ? 15 ਸਾਲ। ਤੇ ਪੁਲਿਸ ਰਿਪੋਰਟ ਕਰ ਦਿੱਤੀ? ਹਾਂਜੀ, ਪੁਲਿਸ ਰਿਪੋਰਟ ਕਰ ਦਿੱਤੀ। ਕੀ ਕਹਿੰਦੇ ਨੇ ਪੁਲਿਸ ਵਾਲੇ? ਪੁਲਿਸ ਵਾਲੇ ਕਹਿੰਦੇ ਦੱਸਾਂਗੇ ਤੁਹਾਨੂੰ, ਆਪਣੀ ਕਾਰਵਾਈ ਕਰਨਗੇ। ਜੋ ਵੀਡੀਓ ਤੁਹਾਡੀ ਕਿਤੇ ਦੇਖ ਰਿਹਾ ਹੋਵੇ, ਕੀ ਕਹਿਣਾ ਚਾਹੁੰਦੇ ਤੁਸੀਂ? ਇਹੀ ਕਿ ਬੇਟਾ ਵਾਪਸ ਆ, ਆਪਣੇ ਬੱਚੇ ਹਰ ਸਾਰੇ। ਜਸਵਿੰਦਰ ਪਾਲ ਜੀ, ਐਮਸੀ ਹੋ ਤੁਸੀਂ? ਹਾਂਜੀ। ਕੀ ਇੱਥੇ ਮਾਮਲਾ ਹੈ? ਇਹਨਾਂ ਦਾ ਬੇਟਾ ਸਰਬਜੀਤ, ਸੋਰੀ, ਜਸਕਰਨ, ਪੁੱਤ ਸ਼੍ਰੀ ਆਪਣੇ ਸਰਬਜੀਤ ਸਿੰਘ, ਮਹੱਲਾ ਸੰਤੋਖ ਨਗਰ, ਵਾਰਡ ਨੰਬਰ 28, ਜੋ ਕਿ ਕੱਲ੍ਹ ਇੱਥੋਂ ਘਰੋਂ ਤਿਆਰ ਹੋ ਕੇ ਸਕੂਲ ਗਿਆ, ਲਕਸ਼ਮੀ ਸੈਂਟ ਸੋਲਜਰ ਡਿਵਾਈਨ ਸਕੂਲ 'ਚ ਪੜ੍ਹਦਾ, ਅਤੇ ਇਸ ਤੋਂ ਬਾਅਦ ਸਕੂਲ ਨਹੀਂ ਗਿਆ, ਉਹ ਆਪਣੇ ਦੋਸਤ ਦੇ ਨਾਲ ਇੱਕ ਧਰੁਵ ਆ, ਉਹਦੇ ਪਿਤਾ ਦਾ ਨਾਮ ਮੋਹਨ ਲਾਲ ਆ, ਉਹਦੇ ਨਾਲੇ ਦੋਨਾਂ ਨੇ ਇਕੱਠੇ ਇੱਕ ਤੀਜੇ ਦੋਸਤ ਦੇ ਸ਼ੁਭਮ ਦੇ ਘਰ ਗਏ ਆ, ਉੱਥੇ ਇਹਨਾਂ ਨੇ ਆਪਣੇ ਕੱਪੜੇ ਚੇਂਜ ਕੀਤੇ ਆ। ਕੱਪੜੇ ਚੇਂਜ ਕਰਨ ਤੋਂ ਬਾਅਦ ਇਹ ਆਪਣੇ, ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਚੱਲ ਗਿਆ ਕਿੱਥੇ ਨਹੀਂ, ਤੇ ਕੱਲ੍ਹ ਦੇ ਇਹਨਾਂ ਨੂੰ ਕੋਈ ਪਤਾ ਨਹੀਂ ਕਰਦਾ, ਰੋ ਰੋ ਕੇ ਬੁਰਾ ਹਾਲ ਆ। ਨਹੀਂ, ਦੋਸਤ ਜਿਹੜਾ ਨਾ ਇਹਨਾਂ ਦਾ ਸ਼ੁਭਮ ਆ, ਉਹ ਉੱਥੇ ਪੁਲਿਸ ਨੇ ਬੁਲਾਇਆ, ਉਹ ਇਨਕੁਆਇਰੀ ਕਰ ਰਿਹਾ ਇਸ ਵੇਲੇ। ਹੋਰੀ ਰਾਹੀਂ ਪੁਲਿਸ ਦਾ ਕੀ ਕਰ ਰਹੀ? ਪਰਚਾ ਕਰਾਤਾ ਜੀ, ਇਨਕੁਆਇਰੀ ਚੱਲ ਰਹੀ ਆ, ਪ੍ਰਿੰਸੀਪਲ ਵੀ ਬੁਲਾਇਆ ਉਹਨਾਂ ਦੇ ਸਕੂਲ ਦਾ।